ਜਿਵੇਂ ਅਸੀਂ ਜਾਣਦੇ ਹਾਂ ਬਾਰ ਬਾਰ ਨਿਊਜ਼ ਆ ਰਹੀ ਹੈ, ਕਾਫੀ ਚੈਨਲਸ ਇਸ ਖਬਰ ਨੂੰ ਦੇ ਰਹੇ ਨੇ ਕਿ ਫਿਜ਼ੀਕਲ ਐਜੂਕੇਸ਼ਨ ਦੀਆਂ ਪੋਸਟਾਂ ਜਿਹੜੀਆਂ ਸਕੂਲ ਲੈਵਲ ਦੀਆਂ ਹਨ ਕਾਫੀ ਆ ਰਹੀਆਂ ਨੇ, ਈਵਨ ਲੈਕਚਰਰਸ਼ਿਪ ਦੀਆਂ ਆ ਰਹੀਆਂ ਨੇ ਔਰ ਐਲੀਮੈਂਟਰੀ ਲੈਵਲ ਦੀਆਂ ਆ ਰਹੀਆਂ ਨੇ। ਸੋ ਇਹਨਾਂ ਲਈ ਲੈਕਚਰਰਸ਼ਿਪ ਲਈ ਤਾਂ ਹਜੇ ਨਹੀਂ ਹੈ, ਲੇਕਿਨ ਜਿਹੜੀਆਂ ਐਲੀਮੈਂਟਰੀ ਔਰ ਸੈਕੰਡਰੀ ਸਟੇਜ ਲਈ ਹੈ ਜਾਂ TGT ਲੈਵਲ ਮਾਸਟਰ ਕੈਡਰ ਜਿਸ ਨੂੰ ਕਹਿੰਦੇ ਆ, ਉਸ ਲੈਵਲ ਤੱਕ PS ਟੈਟ ਇਨ ਫਿਜ਼ੀਕਲ ਐਜੂਕੇਸ਼ਨ, ਇਹ ਸਿਰਫ ਪੰਜਾਬ ਜੋ CTET 'ਚ ਨਹੀਂ ਹੁੰਦਾ, ਪੰਜਾਬ ਗੌਰਮੈਂਟ ਨੇ ਪਿਛਲੀ ਵਾਰ ਤੋਂ ਲੈਣਾ ਸ਼ੁਰੂ ਕੀਤਾ ਹੈ ਔਰ ਪਿੱਛੇ ਕੇਸ ਵੀ ਇੱਕ ਹੋਇਆ ਹੈ ਸਰ ਉਹਦੇ ਵਿੱਚ ਸ਼ਾਮਿਲ ਸੀਗੇ ਕਿ ਕੇਸ ਵਿੱਚ PS ਟੈਟ ਕਲੀਅਰ ਨਹੀਂ ਸੀ ਅਤੇ ਲੌਜਿਕ ਇਹ ਦਿੱਤਾ ਗਿਆ ਸੀ PS ਟੈਟ ਹੋਇਆ ਹੀ ਨਹੀਂ ਹੈ ਫਿਜ਼ੀਕਲ ਐਜੂਕੇਸ਼ਨ ਦਾ, ਦੈਟ ਇਜ਼ ਵਾਈ ਹੋ ਰਿਹਾ ਹੈ। ਸੋ ਇਸ ਚੈਨਲ ਤੋਂ ਲਰਨ ਟੂ ਐਕਚੁਲਾਈਜ਼ ਚੈਨਲ ਤੋਂ ਅਸੀਂ ਉਹ ਕੋਰਸ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਵਿੱਚ PS ਟੈਟ ਦੇ CDP ਪਹਿਲਾ ਪਾਰਟ ਹੈ, ਇੰਗਲਿਸ਼ ਹੈ, ਪੰਜਾਬੀ ਹੈ, ਇਹ ਤਾਂ ਕੋਰ ਜਿਹੜਾ ਕਰੀਕੁਲਮ ਹੈ ਜਾਂ ਕੋਰ ਜਿਹੜੇ ਸਬਜੈਕਟ ਨੇ ਉਹ ਟੀਚ ਕੀਤੇ ਜਾਣਗੇ। ਨਾਲ ਹੀ ਜਿਹੜੇ ਫਿਜ਼ੀਕਲ ਐਜੂਕੇਸ਼ਨ ਦੇ ਵਿਦਿਆਰਥੀ ਨੇ ਉਹ ਤਿਆਰੀ ਕਰ ਸਕਦੇ ਨੇ। ਫਿਜ਼ੀਕਲ ਐਜੂਕੇਸ਼ਨ ਦੇ ਮਾਸਟਰ ਸਾਡੇ ਕੋਲ ਪ੍ਰੋਫੈਸਰ ਸਿਮਰਨਜੀਤ ਸਿੰਘ ਨੇ, ਉਹ PS ਟੈਟ ਫਿਜ਼ੀਕਲ ਐਜੂਕੇਸ਼ਨ ਦਾ ਟੀਚ ਕਰਨਗੇ ਅਤੇ ਨਾਲ ਨਾਲ ਹੀ ਜਿਹੜੇ ਵਿਦਿਆਰਥੀ ਆਲਰੇਡੀ PS ਟੈਟ ਜਾਂ ਕਲੀਅਰ ਕਰ ਚੁੱਕੇ ਨੇ ਜਾਂ ਕੰਪੀਟ ਕਰਨਾ ਚਾਹੁੰਦੇ ਨੇ ਮਾਸਟਰ ਕੈਡਰ ਲਈ ਫਿਜ਼ੀਕਲ ਐਜੂਕੇਸ਼ਨ ਦੀਆਂ ਪੋਸਟਾਂ ਲਈ, ਅਤੇ ਮਾਸਟਰ ਕੈਡਰ ਦੀ ਤਿਆਰੀ ਵੀ ਕਰਵਾਈ ਜਾਏਗੀ। ਅਤੇ ਸਰ ਦੱਸੋ ਇਸ ਬਾਰੇ। ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ PS ਟੈਟ ਜਿਹੜਾ ਫਿਜ਼ੀਕਲ ਐਜੂਕੇਸ਼ਨ ਦਾ ਪਿਛਲੇ ਸਾਲ ਉਹ ਪਹਿਲੀ ਵਾਰੀ ਲਿਆ ਗਿਆ, ਕਿਉਂਕਿ 2022 ਦੇ ਵਿੱਚ ਸਾਡਾ ਇਗਜ਼ਾਮ ਹੁੰਦਾ ਸਪਤੰਬਰ ਦੇ ਵਿੱਚ, ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਮਤਲਬ ਸਿਲੈਕਸ਼ਨ ਲਿਸਟਾਂ ਆਉਂਦੀਆਂ, ਠੀਕ ਹੈ ਜੀ, ਕਿ ਇਹ ਬੱਚਿਆਂ ਨੇ ਇੰਨੇ ਮਤਲਬ ਮਾਰਕਸ ਸਕੋਰ ਕੀਤੇ ਆ। ਸੋ ਮੇਰਾ 9th ਰੈਂਕ ਸੀਗਾ ਪੰਜਾਬ ਦੇ ਵਿੱਚ, ਅਤੇ ਉਸ ਤੋਂ ਬਾਅਦ ਸਾਡੀ ਸਕਰੂਟਨਿੰਗ ਹੁੰਦੀ ਹੈ ਅਤੇ ਉਸ ਤੋਂ ਬਾਅਦ ਇੱਕ ਨੋਟੀਫਿਕੇਸ਼ਨ ਆਉਂਦਾ ਹੈ ਕਿ PS ਟੈਟ ਲੈ ਕੇ ਆਓ ਜੀ। PS ਟੈਟ ਤਾਂ ਹੋਇਆ ਹੀ ਨਹੀਂ ਕਦੀ ਫਿਜ਼ੀਕਲ ਐਜੂਕੇਸ਼ਨ ਦਾ, ਉਹ ਕਿੱਥੋਂ ਲੈ ਕੇ ਆਈਏ। ਸੋ ਉਹ ਕੰਡਕਟ ਹੀ ਨਹੀਂ ਕਰਾਇਆ ਸੀਗਾ ਅਤੇ ਉਹਦੇ ਕਰਕੇ ਸਾਡੀ ਜਿਹੜੀ 168 ਜੀ ਭਰਤੀ ਹੈਗੀ ਆ ਉਹ ਰੁਲ ਗਈ। ਅਸੀਂ PS ਟੈਟ ਦਿੱਤਾ, ਕਲੀਅਰ ਵੀ ਕੀਤਾ, ਬਟ ਸਾਨੂੰ ਸਰ ਅਪੁਆਇੰਟਮੈਂਟ ਲੈਟਰ ਤੱਕ ਦਿੱਤੇ ਗਏ, ਠੀਕ ਹੈ ਜੀ, ਬਟ ਉਸ ਤੋਂ ਬਾਅਦ ਰਿਟ ਲੱਗ ਗਈ ਅਤੇ ਕੋਰਟ ਨੇ ਸਾਡੇ ਫੇਵਰ ਦੇ ਵਿੱਚ ਡਿਸੀਜ਼ਨ ਨਹੀਂ ਦਿੱਤਾ। ਕੋਰਟ ਨੇ ਕਿਹਾ ਕਿ ਜੋ ਐਡਵਰਟਾਈਜ਼ਮੈਂਟ ਦੇ ਵਿੱਚ ਲਿਖਿਆ ਹੋਇਆ PS ਟੈਟ ਚਾਹੀਦਾ, ਉਹਦੇ ਬੇਸਿਸ ਤੇ ਹੀ ਭਰਤੀ ਹੋਣੀ। ਡਬਲ ਬੈਂਚ ਤੱਕ ਵੀ ਗਿਆ ਕੇਸ। ਦੈਟ ਇਜ਼ ਵਾਈ ਫਿਜ਼ੀਕਲ ਐਜੂਕੇਸ਼ਨ ਵਰਸਸ ਸਾਰੇ, ਬਹੁਤ ਸਾਰੇ ਬੱਚੇ ਇਦਾਂ ਦੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਫਿਜ਼ੀਕਲ ਐਜੂਕੇਸ਼ਨ ਦਾ PTET ਹੋ ਚੁੱਕਾ ਹੈ, ਕਿਉਂਕਿ ਇਹ ਪਹਿਲੀ ਵਾਰੀ ਹੋਇਆ। ਹੁਣ ਪੋਸਟਾਂ ਆਉਣ ਵਾਲੀਆਂ ਨੇ ਮਾਸਟਰ ਕੈਡਰ ਦੀਆਂ, ਠੀਕ ਹੈ ਜੀ। ਹੁਣ ਬਹੁਤ ਸਾਰੇ ਬੱਚੇ ਇਦਾਂ ਦੇ ਨੇ ਫਿਜ਼ੀਕਲ ਐਜੂਕੇਸ਼ਨ ਦੇ ਜਿਨ੍ਹਾਂ ਕੋਲ PS ਟੈਟ 2 ਜਿਹੜਾ PS ਟੈਟ 2 ਮਾਸਟਰ ਕੈਡਰ ਫਿਜ਼ੀਕਲ ਐਜੂਕੇਸ਼ਨ ਲਈ ਜ਼ਰੂਰੀ ਹੈਗਾ, ਠੀਕ ਹੈ ਜੀ। ਜੇ ਤੁਸੀਂ ਮਾਸਟਰ ਕੈਡਰ ਲਈ ਐਲੀਜੀਬਲ ਬਣਨਾ ਤੇ PS ਟੈਟ 2 ਫਿਜ਼ੀਕਲ ਐਜੂਕੇਸ਼ਨ ਜ਼ਰੂਰੀ ਆ, ਜ਼ਰੂਰੀ। ਸੋ ਉਹਦੀ ਤਿਆਰੀ ਕਰਾਵਾਂਗੇ ਜੀ, ਜਿਹਦੇ ਵਿੱਚ CDP ਇੰਗਲਿਸ਼ ਪੰਜਾਬੀ ਤੇ ਫਿਜ਼ੀਕਲ ਐਜੂਕੇਸ਼ਨ ਐਸ ਪਰ ਸਿਲੇਬਸ, ਜੋ ਵੀ ਸਿਲੇਬਸ ਹੈਗਾ ਉਹਦਾ, ਉਹਦੇ ਹਿਸਾਬ ਨਾਲ ਤਿਆਰੀ ਕਰਾਵਾਂਗੇ। ਐਂਡ ਸਿਲੇਬਸ 'ਚ ਕੁਝ ਚੀਜ਼ਾਂ ਨਹੀਂ ਕਵਰ ਕੀਤੀਆਂ ਜਾਂਦੀਆਂ, ਉਹ ਵੀ ਆਪਾਂ ਕਰਵਾਵਾਂਗੇ। ਬੇਸਿਕਲੀ ਸਿਲੇਬਸ ਤਾਂ ਕਰਾਵਾਂਗੇ ਕਰਾਵਾਂਗੇ, ਬਟ ਜੋ ਚੀਜ਼ਾਂ ਨਹੀਂ ਕਵਰ ਕੀਤੀਆਂ ਗਈਆਂ ਸਿਲੇਬਸ ਦੇ ਵਿੱਚ, ਕੁਐਸਚਨਸ ਜੋ ਆਏ ਨੇ ਪਿਛਲੇ ਸਾਲ, ਉਹ ਵੀ ਆਪਾਂ ਕਰਾਵਾਂਗੇ। ਉਸ ਤੋਂ ਇਲਾਵਾ ਤੁਹਾਡੀ ਮਾਸਟਰ ਕੈਡਰ ਦੀ ਜਿਹੜੀ ਭਰਤੀ ਆ ਰਹੀ ਆ ਜੀ, ਇਹਦੀ ਤਿਆਰੀ ਬਹੁਤ ਜ਼ਿਆਦਾ ਲਾਜ਼ਮੀ ਹੈ, ਠੀਕ ਹੈ। ਇਹਦੀ ਇੱਥੇ ਆਪਾਂ ਪੂਰਾ ਇਹ ਸਟਰਕਚਰ ਬਣ ਚੁੱਕਾ ਜੀ, ਅਤੇ ਸੋਮਵਾਰ ਤੋਂ ਇੱਥੇ ਵੀ ਆਪਾਂ ਮਤਲਬ ਕੋਰਸ ਸ਼ੁਰੂ ਕਰਨ ਜਾ ਰਹੇ ਹਾਂ, ਮੰਡੇ ਤੋਂ ਕੋਰਸ ਸ਼ੁਰੂ ਕਰਨ ਜਾ ਰਹੇ ਹਾਂ ਮਾਸਟਰ ਕੈਡਰ ਫਿਜ਼ੀਕਲ ਐਜੂਕੇਸ਼ਨ 'ਤੇ। ਇਸ ਤੋਂ ਇਲਾਵਾ ਲੈਕਚਰਰ ਫਿਜ਼ੀਕਲ ਐਜੂਕੇਸ਼ਨ ਦੀਆਂ ਭਰਤੀਆਂ ਵੀ ਸੁਣਨ ਨੂੰ ਮਿਲਿਆ। ਇਹ ਕੰਬਾਈਨ ਕਰਾਓਗੇ ਸਰ ਫਿਰ? ਜੀ ਬਿਲਕੁਲ ਸਰ,
ਸਾਡੀ ਕੋਸ਼ਿਸ਼ ਇਹ ਹੈ ਕਿ ਜਿੱਦਾਂ ਹੁਣ ਤੁਸੀਂ ਇਸ ਕੋਰਸ ਦੇ ਵਿੱਚ ਐਨਰੋਲ ਕਰੋਗੇ, ਠੀਕ ਹੈ, ਕਈ ਬੱਚਿਆਂ ਨੇ ਬੀਪੀਐਡ ਕੀਤੀ ਹੁੰਦੀ ਹੈ, ਕਈਆਂ ਨੇ ਐਮਪੀਐਡ, ਜਿਹੜਾ ਨੇ ਐਮਪੀਐਡ ਕੀਤੀ ਹੋਈ ਹੈ ਉਹ ਲੈਕਚਰਰ ਵਾਸਤੇ ਐਲੀਜੀਬਲ ਨੇ, 55% ਮਾਰਕਸ ਚਾਹੀਦੇ ਹੁੰਦੇ ਨੇ, ਤੁਸੀਂ ਐਲੀਜੀਬਲ ਹੋ ਜੇ ਤੁਸੀਂ ਐਮਪੀਐਡ ਮਾਸਟਰਸ ਆਫ ਫਿਜ਼ੀਕਲ ਐਜੂਕੇਸ਼ਨ ਕੀਤੀ ਹੈ ਜਾਂ ਐਮਪੀਈਐਸ ਕੀਤੀ ਹੋਈ ਹੈ, ਠੀਕ ਹੈ, ਐਮਪੀਈਐਸ ਨੂੰ ਮੰਨਦੇ ਆ ਜਾਂ ਨਹੀਂ ਮੰਨਦੇ, ਬਟ ਐਮਪੀਐਡ ਜਿਹੜਾ ਹੈਗਾ ਉਹ ਐਲੀਜੀਬਲ ਹੈਗਾ ਇਹਦੇ ਵਾਸਤੇ। ਸੋ ਮਾਸਟਰ ਕੈਡਰ ਦੀ ਤਿਆਰੀ ਇਸ ਤਰੀਕੇ ਨਾਲ ਕਰਾਵਾਂਗੇ ਕਿ ਤੁਹਾਡੀ ਲੈਕਚਰਰ ਕੈਡਰ ਦੀ ਤਿਆਰੀ ਵੀ ਹੋ ਜਾਵੇ, ਠੀਕ ਹੈ ਜੀ। ਇਹ ਇੰਨਾ ਨਹੀਂ ਕਿ ਆਪਾਂ UGC ਨੈਟ ਲੈਵਲ ਤੱਕ ਲੈ ਕੇ ਜਾਣਾ, ਠੀਕ ਹੈ ਜੀ, ਬਟ ਹਾਂ ਉਸ ਥੋੜ੍ਹਾ ਜਿਹਾ ਕੁਐਸਚਨ ਉਸ ਲੈਵਲ ਦੇ ਆ ਗਿਆ, ਕਿਉਂ ਨਹੀਂ ਲੈ ਕੇ ਜਾਓਗੇ ਫਿਰ? ਮੈਨੂੰ ਕੋਈ ਚੱਕਰ ਨਹੀਂ ਹੈਗਾ ਸਰ, ਮੈਂ ਉਸ ਲੈਵਲ ਤੱਕ ਐਕਚੁਅਲੀ ਮੇਰਾ ਖੁਦ ਦਾ 3 ਵਾਰੀ UGC ਨੈਟ ਕਲੀਅਰ ਹੈ ਜਨਰਲ ਕੈਟੇਗਰੀ ਦੇ ਵਿੱਚ। ਇਸ ਤੋਂ ਇਲਾਵਾ ਮੈਂ DP 168 ਦੇ ਵਿੱਚ ਮੇਰਾ 9th ਰੈਂਕ ਸੀਗਾ, ਮੈਂ NVS ਵੀ ਕਲੀਅਰ ਹੋਇਆ ਸੀਗਾ। ਤੇ ਤੁਸੀਂ ਕਿੱਦਾਂ ਇਹ ਵਿਚਾਰ ਕਰਦੇ ਹੋ ਕਿ UGC ਨੈਟ ਲੈਵਲ ਦੇ ਕੁਐਸਚਨ ਨਹੀਂ ਆਣਗੇ? ਬਿਲਕੁਲ, ਕਿਉਂਕਿ ਸਰ ਤੁਸੀਂ ਪਿਛਲੇ ਐਗਜ਼ਾਮਸ ਜਿਹੜੇ ਆਪਾਂ ਦੇਖੀਏ DPE ਦੇ ਪੰਜਾਬ ਦੇ, ਹੈ ਨਾ, ਤੇ ਜਿਹੜੀ 11-58 ਭਰਤੀ ਵੀ ਹੋਈ ਸੀਗੀ ਅਸਿਸਟੈਂਟ ਪ੍ਰੋਫੈਸਰ ਦੀ, ਉਹਦਾ ਲੈਵਲ ਵੀ ਬਹੁਤ ਜ਼ਿਆਦਾ ਲੋਅ ਸੀਗਾ, ਠੀਕ ਹੈ ਜੀ। ਉਹਦਾ ਲੈਵਲ UGC ਨੈਟ ਦਾ ਜੋ ਲੈਵਲ ਹੈਗਾ ਇਸ ਟਾਈਮ ਤੱਕ ਚੱਲ ਰਿਹਾ, ਉਹਦੇ ਵਿੱਚ ਅੰਡਰਸਟੈਂਡਿੰਗ ਲੈਵਲ ਦੇ ਕੁਐਸਚਨ, ਮੈਮਰੀ ਲੈਵਲ ਦੇ ਕੁਐਸਚਨ, ਮੈਮਰੀ ਲੈਵਲ ਦੇ ਕੁਐਸਚਨ ਨਹੀਂ ਪੁੱਛਦਾ ਅੱਜ ਕੱਲ੍ਹ UGC ਨੈਟ ਦੇ ਵਿੱਚ। ਜੇ ਤੁਹਾਡੇ ਕਨਸੈਪਟ ਕਲੀਅਰ ਨੇ, ਇੱਕ ਇੱਕ ਫੰਡਾ ਕਲੀਅਰ ਆ, ਤਾਂ ਹੀ ਤੁਸੀਂ ਜਿਹੜਾ ਐਗਜ਼ਾਮ ਆ, ਇਸ ਵਾਰੀ ਜਿਹੜਾ ਹੋਇਆ, ਜਿਹੜਾ ਕੈਂਸਲ ਹੋਇਆ ਐਗਜ਼ਾਮ, ਮੈਨੂੰ 2.5 ਘੰਟੇ ਲੱਗੇ ਸਰ 100 ਕੁਐਸਚਨ ਕਰਨ ਲਈ ਫਿਜ਼ੀਕਲ ਐਜੂਕੇਸ਼ਨ ਦੇ। ਮਤਲਬ ਤੁਹਾਨੂੰ ਲੱਗੇਗਾ ਹਰ ਆਪਸ਼ਨ ਸਹੀ ਯਾਰ, ਇਹ ਵੀ ਆਪਸ਼ਨ ਸਹੀ ਹੈ, ਇਹ ਵੀ ਆਪਸ਼ਨ ਸਹੀ ਲੱਗ ਰਿਹਾ, ਇਹ ਵੀ ਆਪਸ਼ਨ ਸਹੀ। ਪਰ ਅਸੀਂ ਇਹ ਉਮੀਦ ਨਹੀਂ ਕਰ ਸਕਦੇ ਕਿ ਸਾਡੇ ਲੈਕਚਰਰਸ਼ਿਪ ਵਿੱਚ UGC ਨੈਟ ਵਾਲੇ ਕੁਐਸਚਨ, ਮੈਂ ਤਾਂ ਕਈ ਵਾਰੀ ਥੋੜ੍ਹੇ ਬਹੁਤ ਉੱਥੋਂ ਚੱਕ ਵੀ ਲੈਂਦੇ, ਥੋੜ੍ਹੇ ਬਹੁਤ, ਮਤਲਬ ਆਪਾਂ ਕਹੀਏ ਕਿ ਹਾਂ 20-30% ਉਸ ਲੈਵਲ ਦੇ ਆ ਸਕਦੇ ਨੇ, ਹਾਲੇ ਉਹਦਾ ਸਿਲੇਬਸ ਨਹੀਂ ਆਇਆ, ਇੱਕ ਵਾਰੀ ਸਿਲੇਬਸ ਆ ਜਾਵੇ। ਬਟ ਇਹ ਹੈ ਕਿ ਮਾਸਟਰ ਕੈਡਰ UGC ਨੈਟ ਦੇ ਵਿੱਚ ਆਫ ਆਲ ਕਰੇਗਾ ਜਿਹੜਾ ਲੈਕਚਰ ਕੈਡਰ ਆਏਗਾ ਨਾ, ਮਤਲਬ ਤੁਸੀਂ ਲੋਅਰ ਲੈਵਲ ਤੋਂ ਸ਼ੁਰੂ ਕਰਦੇ ਕਰਦੇ ਹਾਇਰ ਵੱਲ। ਹਰਿਆਣੇ ਦੇ ਵਿੱਚ ਵੀ ਹੋਇਆ PGT ਦਾ ਐਗਜ਼ਾਮ, ਠੀਕ ਹੈ, ਚੰਡੀਗੜ੍ਹ ਦੇ ਵਿੱਚ ਵੀ ਹੋਇਆ। ਹੁਣ ਹਰਿਆਣੇ ਦਾ ਤੁਸੀਂ ਕੰਪੈਰੀਜ਼ਨ ਕਰੋਗੇ ਐਗਜ਼ਾਮ ਜਿਹੜਾ PGT ਦਾ ਹੋਇਆ, ਉਹਦਾ ਲੈਵਲ ਬਹੁਤ ਜ਼ਿਆਦਾ ਲੋਅ ਸੀਗਾ, ਜਿਹੜਾ ਚੰਡੀਗੜ੍ਹ ਦਾ ਐਗਜ਼ਾਮ ਹੋਇਆ PGT ਲੈਵਲ ਦਾ ਅੱਛਾ ਸੀਗਾ, ਅੰਡਰਸਟੈਂਡਿੰਗ ਲੈਵਲ ਦੇ ਕੁਐਸਚਨ ਸੀਗੇ। ਸੋ ਡਿਪੈਂਡ ਕਰਦਾ ਸਟੇਟ ਟੂ ਸਟੇਟ ਕਿ ਕਿਹਨੇ ਐਗਜ਼ਾਮ ਬਣਾਇਆ ਹੈਗਾ। ਹੁਣ ਤੁਸੀਂ ਮੈਨੂੰ ਦਿਓਗੇ ਐਗਜ਼ਾਮ ਬਣਾਉਣ ਵਾਸਤੇ ਮਾਸਟਰ ਕੈਡਰ ਦਾ, ਉਹ ਮੈਂ ਇਸ ਤਰੀਕੇ ਦਾ ਬਣਾਊਂਗਾ ਕਿ ਮਤਲਬ ਮੁਸ਼ਕਿਲ ਹੋ ਜਾਏਗਾ ਅਟੈਂਪਟ ਕਰਨਾ, ਠੀਕ ਹੈ ਨਾ, ਥੋੜੀ ਨੌਲੇਜ ਤੇ। ਤੁਸੀਂ ਕਿਸ ਤਰ੍ਹਾਂ ਪਲੈਨਿੰਗ ਕੀਤੀ ਹੋਈ ਹੈ, ਕੀ ਦੱਸੋਗੇ ਇਹਨਾਂ ਨੂੰ? ਸੋ ਇਸ ਮਾਸਟਰ ਕੈਡਰ ਦਾ ਜਿਹੜਾ ਕੋਰਸ ਆਪਾਂ ਸ਼ੁਰੂ ਕਰਾਂਗੇ, ਠੀਕ ਹੈ ਜੀ, ਇਹਦੇ ਵਿੱਚ ਤੁਹਾਨੂੰ ਲਾਈਵ ਲੈਕਚਰ, ਪਹਿਲੀ ਚੀਜ਼ ਲਾਈਵ ਲੈਕਚਰ ਚੱਲੇਗਾ। ਉਸ ਤੋਂ ਬਾਅਦ ਉਹ ਲਾਈਵ ਲੈਕਚਰ ਦੀ ਤੁਹਾਨੂੰ ਰਿਕਾਰਡਿੰਗ ਮਿਲੇਗੀ ਬਕਾਇਦਾ। ਉਸ ਤੋਂ ਬਾਅਦ ਤੁਹਾਨੂੰ PDF ਨੋਟਸ ਜਿਹੜੇ ਇਹਦੇ ਹੋਣਗੇ ਬਕਾਇਦਾ, ਉਹ ਮਿਲਣਗੇ। ਪਲੱਸ ਜਿਹੜਾ ਅਸੀਂ ਤੁਹਾਨੂੰ ਲੈਕਚਰ ਕਰਾਵਾਂਗੇ, ਠੀਕ ਹੈ, ਮੰਨ ਲਓ ਮੈਂ ਪਲੇਨਸ ਐਂਡ ਐਕਸਿਸ ਆਫ ਮੋਸ਼ਨ ਤੇ ਤੁਹਾਨੂੰ ਲੈਕਚਰ ਕਰਵਾਇਆ, ਉਹਦੇ ਵਿੱਚ ਜਿੰਨੇ ਵੀ ਪੋਸੀਬਲ ਕੁਐਸਚਨ ਬਣਦੇ ਨੇ, ਜਿੰਨੇ ਵੀ ਪੋਸੀਬਲ ਕੁਐਸਚਨ, ਸਪੋਰਟਸ ਦੇ ਰਿਲੇਟਡ ਹੋ ਗਏ, ਐਕਸਰਸਾਈਜ਼ ਦੇ ਰਿਲੇਟਡ ਹੋ ਗਏ, ਜਨਰਲ ਕੁਐਸਚਨ ਹੋ ਗਏ, ਮਤਲਬ 35-40 ਹਰ ਤਰੀਕੇ ਦੇ ਕੁਐਸਚਨ ਕਰਾਵਾਂਗੇ। ਇਹ ਨਹੀਂ ਕਿ ਸਿੱਧੇ ਕੁਐਸਚਨ, ਮੈਚ ਦਾ ਫੋਲੋਇੰਗ ਵੀ ਕਰਾਵਾਂਗੇ, ਸੀਕੁਐਂਸਿੰਗ ਵੀ ਕਰਾਵਾਂਗੇ, ਠੀਕ ਹੈ ਜੀ, ਉਸ ਤੋਂ ਬਾਅਦ ਫਿਲਿੰਗ ਦੀ ਬਲੈਂਕਸ ਵੀ ਕਰਾਵਾਂਗੇ, ਮਤਲਬ ਰੀਜ਼ਨਿੰਗ ਐਂਡ ਅਸਰਸ਼ਨ ਜਿਹੜੇ ਹੁੰਦੇ ਆ ਉਹ ਵੀ ਕਰਾਵਾਂਗੇ, ਤਾਂ ਕਿ ਤੁਸੀਂ ਜਿੱਦਣ ਬੈਠੋ ਐਗਜ਼ਾਮ ਦੇ ਵਿੱਚ, ਠੀਕ ਹੈ ਨਾ, ਕਿਉਂਕਿ ਅਸੀਂ ਜਿਹੜੀ ਤੁਹਾਨੂੰ ਤਿਆਰੀ ਕਰਾਉਣੀ ਹੈ ਸਿਲੈਕਸ਼ਨ ਵਾਸਤੇ ਕਰਾਉਣੀ ਹੈ, ਠੀਕ ਹੈ ਜੀ, ਸਾਡਾ ਮੇਨ ਮੋਟਿਵ ਹੈ ਕਿ ਤੁਹਾਡੀ ਸਿਲੈਕਸ਼ਨ ਹੋਵੇ, ਠੀਕ ਹੈ, ਸਾਨੂੰ ਵੀ ਖੁਸ਼ੀ ਹੋਏਗੀ ਕਿ ਸਾਡੇ ਇਸ ਪਲੈਟਫਾਰਮ ਤੋਂ ਇੰਨੇ ਬੱਚੇ ਸਿਲੈਕਟ ਹੋ ਰਹੇ ਨੇ। ਸੋ ਸਾਡਾ ਜਿਹੜਾ ਮੇਨ ਮੋਟਿਵ ਹੈਗਾ ਇਸ ਕੋਰਸ ਦੇ ਵਿੱਚ, ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰੀ ਕਰਾਵਾਂਗੇ। ਐਂਡ ਮੈਂ ਇੱਕ ਚੀਜ਼ ਬੋਲ ਰਿਹਾ ਇਸ ਪਲੈਟਫਾਰਮ ਦੇ ਰਾਹੀਂ ਕਿ ਪਹਿਲੇ 15 ਦਿਨ ਅਸੀਂ ਟ੍ਰਾਇਲ ਦੇਣ ਜਾ ਰਹੇ ਹਾਂ, ਫ੍ਰੀ, ਠੀਕ ਹੈ ਜੀ, ਤੁਸੀਂ ਐਨਰੋਲ ਕਰੋ, ਤੁਹਾਨੂੰ ਵਧੀਆ ਲੱਗੇਗਾ
ਤੁਸੀਂ ਕੰਟੀਨਿਊ ਕਰਿਓ, ਤੁਹਾਨੂੰ ਨਹੀਂ ਵਧੀਆ ਲੱਗੇਗਾ ਤੁਸੀਂ ਡਿਸਕੰਟੀਨਿਊ ਕਰ ਦਿਓ, ਕੋਈ ਬੰਦਿਸ਼ ਨਹੀਂ ਹੈਗੀ। ਸੋ ਪਹਿਲੇ 15 ਦਿਨ ਟ੍ਰਾਇਲ ਦੇਵਾਂਗੇ। ਇਸ ਤੋਂ ਫਿਰ ਹੋਰ ਕੀ ਫੀਚਰ ਹੋਣਗੇ, ਮੌਕ ਟੈਸਟ ਵਗੈਰਾ? ਜੀ ਬਿਲਕੁਲ, ਮੈਂ ਦੱਸ ਰਿਹਾ ਸੀਗਾ ਆਪਣੀ ਉੱਥੇ ਗੱਲ ਰੁਕੀ। ਇੱਕ ਤਾਂ ਮੈਂ ਤੁਹਾਨੂੰ ਦੱਸਿਆ ਟੋਪਿਕ ਲਾਈਵ ਕਲਾਸ ਹੋ ਗਈ, ਉਹਦੀ ਹੀ ਰਿਕਾਰਡਡ ਮਿਲ ਜਾਣੀ ਆ। ਉਸ ਤੋਂ ਬਾਅਦ ਜਿੰਨੇ ਵੀ ਐਗਜ਼ੌਸਟ ਜਿਹੜੇ ਕੁਐਸਚਨਸ ਹੈਗੇ ਸਾਰੇ ਆਪਾਂ ਐਗਜ਼ੌਸਟ ਕਰ ਦੇਣੇ, ਕਿਉਂਕਿ ਜਿਹਨੂੰ ਤੁਸੀਂ ਬੈਠੋ ਤੁਹਾਨੂੰ ਦਿੱਕਤ ਨਾ ਆਵੇ, ਤੁਹਾਨੂੰ ਇੱਦਾਂ ਲੱਗੇਗਾ ਕਿ ਯਾਰ ਇਹ ਤਾਂ ਬਹੁਤ ਈਜ਼ੀ ਹੈ, ਮਤਲਬ ਥੋੜ੍ਹੀ ਜਿਹੀ ਈਜ਼ੀ ਹੋ ਜਾਏਗੀ ਚੀਜ਼ਾਂ। ਇਸ ਤੋਂ ਇਲਾਵਾ ਮੌਕ ਟੈਸਟ ਜਿੰਨੇ ਵੀ ਅਦਰ ਸਟੇਟਸ ਨੇ, ਚਾਹੇ ਉਹ ਦਿੱਲੀ ਹੈ, DSSB ਦਾ ਪੇਪਰ ਹੁੰਦਾ, KVS ਹੈ, NVS ਆ, ਚਾਹੇ ਉਹ UP ਆ, ਚਾਹੇ ਉਹ ਹਰਿਆਣਾ ਆ, ਹਿਮਾਚਲ ਆ, ਪੰਜਾਬ ਆ, ਜਿੰਨੇ ਵੀ ਮਤਲਬ 10 ਸਾਲਾਂ ਦੇ ਵਿੱਚ ਪੇਪਰ ਹੋਏ ਨੇ ਪਿਛਲੇ, ਉਹ ਸਾਰੇ ਤੁਹਾਡੇ ਲਈ ਲੈ ਕੇ ਆਵਾਂਗੇ। ਤੁਸੀਂ ਉਹ ਪ੍ਰੈਕਟਿਸ ਕਰੋਗੇ, ਠੀਕ ਹੈ ਜੀ, ਕਿਉਂਕਿ ਜਦੋਂ ਤੁਸੀਂ 10,000 ਕੁਐਸਚਨ ਪ੍ਰੈਕਟਿਸ ਕਰਕੇ ਜਾਓਗੇ ਪੇਪਰ ਦੇ ਵਿੱਚ ਬੈਠੋਗੇ, ਤੇ ਤੁਹਾਡੇ ਚ ਕੰਫੀਡੈਂਸ ਆਟੋਮੈਟਿਕਲੀ ਬਹੁਤ ਜ਼ਿਆਦਾ ਹੋਏਗਾ। ਐਂਡ ਉਸ ਤੋਂ ਬਾਅਦ ਮੈਂ ਦੱਸ ਰਿਹਾ ਕਿ ਸੈਕਸ਼ਨ ਵਾਈਜ਼ ਕੁਐਸਚਨ ਹੋਣਗੇ, ਸੈਕਸ਼ਨ ਵਾਈਜ਼ ਸਮਝ, ਮਤਲਬ ਜੋ ਵੀ ਟੌਪਿਕ ਕਰਾਇਆ ਉਹਦੇ 25 ਕੁਐਸਚਨ, ਜੋ ਵੀ ਟੌਪਿਕ ਕਰਾਇਆ ਉਹਦੇ 25 ਕੁਐਸਚਨ, ਇੱਦਾਂ ਅਸੀਂ ਕੁਐਸਚਨ ਤੁਹਾਨੂੰ ਦੇਣੇ ਹੈਗੇ ਆ। ਸੋ ਸਾਡਾ ਮੇਨ ਮੋਟਿਵ ਆ ਕਿ ਤੁਹਾਡਾ ਸਿਲੈਕਸ਼ਨ ਡਾਊਟ ਕਲੀਅਰਿੰਗ ਕਲਾਸ। ਬਿਲਕੁਲ ਸਰ, ਜਿੱਦਾਂ ਮੰਨ ਲਓ ਇੱਕ ਵੀਕ ਆ, ਇੱਕ ਵੀਕ ਦੇ ਵਿੱਚ ਤੁਹਾਡੀਆਂ ਅਸੀਂ 4 ਕਲਾਸਿਸ ਲਿਆ ਕਰਾਂਗੇ, ਠੀਕ ਹੈ ਜੀ। ਐਂਡ ਜਿਹੜੀ 5th ਕਲਾਸ ਹੋਏਗੀ ਉਹ ਡਾਊਟ ਕਲੀਅਰਿੰਗ ਸੈਸ਼ਨ ਹੋਏਗਾ। ਤੁਸੀਂ PSTET ਦੀ ਗੱਲ ਕਰ ਰਹੇ ਜਾਂ ਮਾਸਟਰ ਕੈਡਰ? ਇਹ ਮਾਸਟਰ ਕੈਡਰ ਲੈਕਚਰ ਕੈਡਰ ਦੀ ਗੱਲ ਕਰ ਰਿਹਾ। PSTET ਤੇ ਵੀ ਆਪਾਂ ਇਦਾਂ ਹੀ ਲਾਗੂ ਕਰਾਂਗੇ, ਉਹ ਕਿਉਂਕਿ ਉਹਦੇ ਵਿੱਚ ਅਲੱਗ ਅਲੱਗ ਸਬਜੈਕਟਸ ਆ ਜਾਂਦੇ ਆ, CDP ਆ ਗਿਆ। ਨਹੀਂ ਇਸ ਤਰ੍ਹਾਂ ਨਹੀਂ ਹੋਏਗਾ ਕਿ ਉਹ ਕੰਬਾਈਨ ਕਲਾਸ ਹੀ ਲੱਗ ਰਹੀ ਹੈ, PSTET ਵੀ ਹੈ ਵਿੱਚ, ਮਾਸਟਰ ਕੈਡਰ ਵੀ ਹੈ, ਟੌਪਿਕ ਇਸ ਤਰ੍ਹਾਂ ਹਨ? ਬਿਲਕੁਲ, ਕਈ ਟੌਪਿਕ ਇੱਦਾਂ ਦੇ ਹੈਗੇ ਨੇ ਜਿਹੜੇ ਮਤਲਬ ਕਿ ਮਤਲਬ ਰਲਦੇ ਮਿਲਦੇ ਹੈਗੇ ਆ ਸਿਲੇਬਸ ਦੇ ਵਿੱਚ। ਬਟ ਜੇ ਆਪਾਂ ਗੱਲ ਕਰੀਏ PSTET 2, ਉਹਦਾ ਲੈਵਲ ਬਹੁਤ ਜ਼ਿਆਦਾ ਥੱਲੇ ਆ। ਓਕੇ, ਤੁਸੀਂ ਪਿਛਲੇ ਪੇਪਰ ਜਿਹੜਾ ਹੋਇਆ ਚੱਕ ਕੇ ਦੇਖੋ, ਕੁਛ ਵੀ ਲੈਵਲ ਨਹੀਂ ਹੈਗਾ। ਪਹਿਲਾਂ ਪੈਡਾਗੋਜੀ ਚ ਕੋਈ ਪਹਿਲਾਂ ਤਾਂ ਪੇਪਰ, ਮਤਲਬ ਮੈਂ ਤੁਹਾਨੂੰ ਦੱਸਾਂ, ਮੈਂ ਇੱਕ ਕੁਐਸਚਨ ਆਇਆ ਸਰ PSTET 2 ਪਿਛਲੀ ਵਾਰੀ, ਚਲੋ ਸਾਨੂੰ ਦੇਣਾ ਪਿਆ, ਤੇ ਉਹ ਬਿਨਾਂ ਤਿਆਰੀ ਤੋਂ ਗਿਆ ਸੀਗਾ ਮੈਂ ਸਰ, ਐਂਡ ਆਈ ਗੋਟ 105 ਮਾਰਕਸ। ਗੁੱਡ, ਠੀਕ ਹੈ ਜੀ। ਜਸਟ ਇੱਕ ਕਲੀਅਰ ਕਰਨਾ, ਐਲੀਜੀਬਲ ਕਰਨਾ, ਉਹਦੇ ਵਿੱਚ ਪੜ ਬਿਨਾਂ ਪੜ੍ਹ ਕੇ ਹੁਣ। ਬਟ ਕਈ ਬੱਚੇ ਸਾਡੇ ਹੈਗੇ ਪੰਜਾਬ ਤੋਂ, ਹੈ ਨਾ, ਕਈਆਂ ਨੂੰ ਔਖੀ ਲੱਗਦੀ ਹੈ ਇੰਗਲਿਸ਼। ਸੋ ਜਿੰਨੀਆਂ ਵੀ ਚੀਜ਼ਾਂ ਆਪਾਂ ਕਰਨੀਆਂ, ਨੋਟਸ ਤੁਹਾਡੇ ਬਾਈਲਿੰਗੁਅਲ ਹੋਣਗੇ। ਗੁੱਡ, ਠੀਕ ਹੈ ਜੀ, ਮਤਲਬ ਉਹ ਇੰਗਲਿਸ਼ 'ਚ ਅਤੇ ਪੰਜਾਬੀ 'ਚ, ਦੋਵਾਂ 'ਚ ਮਿਲਣਗੇ ਤੁਹਾਨੂੰ ਨੋਟਸ, ਅਤੇ ਕਲਾਸਿਸ ਵੀ ਸਾਡੀਆਂ ਜਿਹੜੀ ਕੀ ਆ ਉਹ ਪੰਜਾਬੀ 'ਚ ਲੱਗਣਗੀਆਂ। ਮੈਂ ਤੁਹਾਨੂੰ ਪੰਜਾਬੀ ਜਿੱਦਾਂ ਆਪਾਂ ਬੋਲ ਰਹੇ ਹਾਂ, ਪੰਜਾਬੀ ਇੱਦਾਂ ਹੀ ਪੜ੍ਹਾਊਂਗਾ, ਕਿਉਂਕਿ ਜਿਹੜੀ ਟਰਮੀਨੋਲੋਜੀ ਆ, ਟਰਮੀਨੋਲੋਜੀ ਹੀ ਰਹਿਣੀ ਹੈ, ਠੀਕ ਹੈ ਜੀ। ਉਹਦਾ ਤੁਸੀਂ ਕੁਛ ਨਹੀਂ, ਹਾਰਟ ਨੂੰ ਆਪਾਂ ਮਤਲਬ ਹਾਰ ਜਾਂ ਦਿਲ ਕਹਿ ਦਿੰਦੇ ਹਾਂ, ਹੈ ਨਾ, ਆਪਾਂ ਐਪੀਥੀਲੀਅਲ ਸੈੱਲ ਮਤਲਬ ਟਿਸ਼ੂ ਬੋਲਤਾ, ਐਪੀਥੀਲੀਅਲ ਟਿਸ਼ੂ ਨੂੰ ਐਪੀਥੀਲੀਅਲ ਟਿਸ਼ੂ ਹੀ ਬੋਲਾਂਗੇ, ਠੀਕ ਹੈ ਜੀ। ਨਿਊਰੋਨਸ ਨੂੰ ਨਿਊਰੋਨਸ ਹੀ ਬੋਲਾਂਗੇ। ਸੋ ਉਹ ਚੀਜ਼ਾਂ ਜਿਹੜੀ ਟਰਮੀਨੋਲੋਜੀ ਆ ਉਹ ਇੱਦਾਂ ਹੀ ਰਹੇਗੀ, ਕਿਉਂਕਿ ਐਗਜ਼ਾਮ ਵਿੱਚ ਵੀ ਉਸੇ ਤਰ੍ਹਾਂ ਪੁੱਛੀ ਜਾਂਦੀ ਹੈ। ਸੋ ਇਸ ਤਰੀਕੇ ਨਾਲ ਤੁਹਾਡੀ ਕੁਝ ਆਪਾਂ ਤਿਆਰੀ ਕਰਾਂਗੇ। ਜੇ ਬੱਚੇ ਡਿਮਾਂਡ ਕਰਦੇ ਮੈਂ ਇਸ ਏਰੀਆ 'ਚ ਵੀਕ ਆ, ਇਹ ਕਰਵਾ ਦਿੱਤਾ ਜਾਵੇ ਔਨ ਡਿਮਾਂਡ? ਬਿਲਕੁਲ, ਉਹ ਤੇ ਔਨ ਡਿਮਾਂਡ ਕਲਾਸਿਸ ਲਿਖੀਆਂ ਜਾਣਗੀਆਂ। ਜੇ ਤੁਹਾਨੂੰ ਲੱਗਦਾ ਕੋਈ ਤੁਹਾਡੀ ਚੀਜ਼ ਵੀਕ ਹੈ, ਤੁਹਾਨੂੰ ਕੋਈ ਚੀਜ਼ ਸਮਝ ਨਹੀਂ ਆ ਰਹੀ, ਠੀਕ ਹੈ ਨਾ, ਤੇ ਉਹ ਤੁਹਾਨੂੰ ਸਮਝਾਈ ਜਾਏਗੀ ਚੰਗੇ ਤਰੀਕੇ ਦੇ ਨਾਲ। ਆਪਾਂ ਕੋਈ ਚੀਜ਼ ਛੱਡਣੀ ਨਹੀਂ ਹੈਗੀ, ਠੀਕ, ਮਤਲਬ ਜੋ ਮਤਲਬ ਕਿਉਂਕਿ ਇਹ ਜਿੰਨੀਆਂ ਵੀ ਸਟੇਟਸ ਦੇ ਪੇਪਰ ਹੋਏ ਆ ਉਹਨਾਂ ਸਾਰਿਆਂ ਦਾ ਐਨਾਲਿਸਿਸ ਕੀਤਾ ਗਿਆ ਹੈ। ਇੱਕ ਐਗਜ਼ਾਮਿਨਰ ਐਗਜ਼ਾਮ ਦੇ ਵਿੱਚ ਕੀ ਪੁੱਛਦਾ, ਬੇਸਿਕਲੀ ਆਪਾਂ ਤੁਹਾਨੂੰ ਉਹ ਚੀਜ਼ ਕਰਵਾਉਣੀ ਆ ਜੋ ਐਗਜ਼ਾਮ ਦੇ ਵਿੱਚ ਆਉਂਦੀ ਆ, ਜਿਹਦੇ ਚਾਂਸਿਸ ਆ। ਉਹ ਚੀਜ਼ਾਂ ਨਹੀਂ ਕਰਵਾਉਣੀਆਂ ਤੁਹਾਨੂੰ ਕਿ ਜਿਹੜੀਆਂ ਐਗਜ਼ਾਮ ਦੇ ਵਿੱਚ ਪੁੱਛੇ ਜਾਣ ਦੇ ਪ੍ਰੋਬੇਬਿਲਿਟੀ ਬਹੁਤ ਘੱਟ ਆ, ਉੱਤੇ ਆਪਾਂ ਟਾਈਮ ਵੇਸਟ ਨਹੀਂ ਕਰਨਾ। ਇਹਦੇ ਵਿੱਚ ਐਫੀਸ਼ੀਐਂਸੀ, ਠੀਕ ਹੈ ਜੀ, ਅਤੇ ਇਫੈਕਟਿਵਨੈਸ, ਠੀਕ ਹੈ ਜੀ, ਉਹ ਬਹੁਤ ਜ਼ਰੂਰੀ ਆ, ਬਹੁਤ ਲਾਜ਼ਮੀ ਆ।
ਤੇ ਕਿਸ ਤਰ੍ਹਾਂ ਗਾਈਡ ਕਰੋਗੇ ਇਹਨਾਂ ਨੇ ਐਨਰੋਲ ਕਿਵੇਂ ਹੋਣਾ ਹੈ? ਜੀ, ਇਹਦਾ ਐਨਰੋਲ ਹੋਣ ਦਾ ਆਪਾਂ ਇਸ ਤੋਂ ਬਾਅਦ ਇੱਕ ਵੀਡੀਓ ਬਣਾਵਾਂਗੇ, ਠੀਕ ਹੈ ਜੀ, ਕਿਉਂਕਿ ਹਲੇ ਸਾਡਾ ਚੱਲ ਰਿਹਾ ਹੈ ਕੰਮ। ਇੱਕ ਵਾਰੀ ਕੋਰਸ ਸਾਡਾ ਪਬਲਿਸ਼ ਹੋ ਜਾਵੇ, ਮੰਡੇ ਤੋਂ ਮੈਂ ਬੋਲ ਰਿਹਾ ਸਟਾਰਟ ਕਰਾਂਗੇ ਆਉਣ ਵਾਲੇ ਮੰਡੇ। ਫੀਸ ਬਾਰੇ ਬਾਕੀ ਉਹਨਾਂ ਦੇ ਡਾਊਟ ਹੋਣਗੇ, ਫੀਸ ਦਾ ਵੀ ਆਪਾਂ ਉਹਦੇ ਵਿੱਚ ਹੀ ਤੁਹਾਨੂੰ ਜਿਹੜਾ ਨੈਕਸਟ ਵੀਡੀਓ ਕਰਾਂਗੇ ਉਹਦੇ ਵਿੱਚ ਤੁਹਾਨੂੰ ਸਾਰਾ ਦੱਸ ਦਿਆਂਗੇ। ਤੁਹਾਡੇ ਬਹੁਤ ਸਾਰੇ ਮਤਲਬ ਕੁਐਸਚਨਸ ਆ ਰਹੇ ਸੀਗੇ, ਮੇਰਾ ਆਪਣਾ ਖੁਦ ਦਾ ਚੈਨਲ ਫਿਜ਼ੀਕਲ ਐਜੂਕੇਸ਼ਨ ਪ੍ਰੈਪ, ਉੱਥੇ ਬਹੁਤ ਬੱਚੇ ਜੁੜੇ ਹੋਏ ਆ ਮੇਰੇ ਨਾਲ, ਤੇ ਉਹਨਾਂ ਦੇ ਬਹੁਤ ਸਾਰੀ ਮੈਨੂੰ ਕੁਆਰੀਜ਼ ਆ ਰਹੀ, ਸਰ ਕਦੋਂ ਸ਼ੁਰੂ ਕਰ ਰਹੇ ਹੋ ਕੋਰਸ ਪੀਐਸਟੈਟ ਦਾ, ਮਾਸਟਰ ਕੈਡਰ ਦਾ? ਬੜੇ ਬੱਚੇ ਡੀਮੋਟੀਵੇਟ ਹੋਏ ਪਏ ਆ, ਕਿਉਂਕਿ ਸਕੂਲਾਂ ਦੇ ਵਿੱਚ ਮੈਂ ਦੱਸਾਂ ਫਿਜ਼ੀਕਲ ਐਜੂਕੇਸ਼ਨ ਟੀਚਰਸ ਦਾ ਬਹੁਤ ਬੁਰਾ ਹਾਲ ਆ। ਚਲੋ ਇਹ ਮੌਕਾ ਹੈ, ਅੱਛਾ ਗਵਰਨਮੈਂਟ ਨੇ ਬਹੁਤ ਸਾਰੇ ਸਟੂਡੈਂਟਸ ਨੇ ਮੈਨੂੰ ਕਿਹਾ ਵੀ ਕਰਨਾ ਚਾਹੀਦਾ ਹੈ, ਬਾਕੀ ਤੁਹਾਡੀ ਮਿਹਨਤ ਹੈ, ਸਾਥ ਲੈਣਾ ਚਾਹੁੰਦੇ ਹੋ ਤਾਂ ਲਰਨ ਟੂ ਐਕਚੁਅਲਾਈਜ਼ ਡਾਟ ਕੌਮ ਕੌਮ ਤੇ, ਪਹਿਲਾਂ ਇਨ ਤੇ ਲਿੰਕ ਦਾ ਮਤਲਬ ਲਿੰਕ ਪਾ ਦਾਂਗੇ ਇਹਦਾ ਵੈਬਸਾਈਟ ਦਾ, ਜਿੱਦਾਂ ਹੀ ਸਾਡਾ ਕੋਰਸ ਲਾਂਚ ਹੋ ਜਾਏਗਾ ਮਤਲਬ 2-4 ਦਿਨ ਦੇ ਵਿੱਚ, ਤੇ ਉੱਤੇ ਆਪਾਂ ਨੈਕਸਟ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਟਿਲ ਦੈਨ ਸਾਨੂੰ ਦਿਓ ਇਜਾਜ਼ਤ। ਥੈਂਕ ਯੂ। ਥੈਂਕ ਯੂ।